दाता तेरा जन राम रसायण माता हर 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 रस भोजन खाता। अज तक असी एदी ट्रांसलेशन या व्याख्या यही सुनी है, उठते बैठते वाहिगुरू वाहिगुरू करते रहो। लेकिन अज नवे समाज के अंदर जिथे जिहड़े काम करते ने उन्हां नूं पता है कि काम करते समय असी इस तरह का कोई वातावरण क्रिएट नहीं कर सकते जिहदे विच असी काम दे विच किसे तरह की वाधा या डिस्टर्बेंस पाई है। अज का
ਸਮਾਂ ਇਹ ਹੈ ਤੁਸੀਂ ਪ੍ਰੋਕਿਓਰਮੈਂਟ ਤੋਂ ਜਿਹੜੇ ਬਿਜ਼ਨਸ ਕਰਦੇ ਨੇ ਕੰਮਕਾਰ ਕਰਦੇ ਨੇ ਇੰਪੋਰਟ ਐਕਸਪੋਰਟ ਕਰਦੇ ਨੇ ਇਤਿਆਦਿ ਉਹ ਇਹ ਦੇਖਣ ਕਿ ਪ੍ਰੋਕਿਓਰਮੈਂਟ ਤੋਂ ਲੈ ਕੇ ਮੈਨੂਫੈਕਚਰਿੰਗ ਤੋਂ ਲੈ ਕੇ ਇੰਪੋਰਟਿੰਗ ਤੋਂ ਲੈ ਕੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਕਲੈਕਸ਼ਨ ਤੋਂ ਲੈ ਕੇ ਮੈਨੇਜਮੈਂਟ ਤੋਂ ਲੈ ਕੇ ਜਿੰਨੇ ਵੀ ਇਹ ਡਿਪਾਰਟਮੈਂਟ ਨੇ ਇਹ ਇੰਨੀਆਂ ਗਹਿਰੀਆਂ ਡੂੰਘਾਈਆਂ 'ਚ ਜਾਣਾ ਪੈਂਦਾ ਹੈ ਟੂ ਮੇਕ ਸ਼ੋਰ ਕਿ ਇਹ ਡਿਪਾਰਟਮੈਂਟ ਸਹੀ ਫੰਕਸ਼ਨ ਚੱਲਣ ਪ੍ਰੋਕਿਓਰਮੈਂਟ ਇੱਕ ਆਪਣਾ ਡਿਜ਼ਾਇਨਿੰਗ ਇੱਕ ਆਪਣਾ ਮੈਨੂਫੈਕਚਰਿੰਗ ਇੱਕ ਆਪਣਾ ਇੰਪੋਰਟਿੰਗ ਸ਼ਿਪਿੰਗ ਇੱਕ ਆਪਣਾ ਸਟੈਂਡ ਅਲੋਨ ਮਹਿਕਮਾ ਹੈ ਅਤੇ ਜਿਹੜੀਆਂ ਅਸੀਂ ਚੀਜ਼ਾਂ ਸੁਣੀਆਂ ਜੇ ਅਸੀਂ ਉਸ ਤਰੀਕੇ ਦੇ ਨਾਲ ਜੀਵਨ ਨੂੰ ਜੀਣਾ ਚਾਹੀਏ ਤਾਂ ਅਸੀਂ ਇੱਕ ਦਿਨ ਵੀ ਆਪਣੇ ਕੰਮ ਵਿੱਚ ਲੈਸਟ ਨਹੀਂ ਕਰ ਸਕਦੇ ਭਾਵ ਅਸੀਂ ਕੁਛ ਵੀ ਨਹੀਂ ਕਰ ਸਕਦੇ ਫੋਰਕਲਿਫਟ 'ਤੇ ਲੋਕਾਂ ਨੂੰ ਸਮਾਨ ਮੂਵ ਕਰਦੇ ਦੇਖਦੇ ਹਾਂ ਲੋਕਾਂ ਨੂੰ ਬੜੀ ਅਟੈਨਸ਼ਨ ਦੇ ਨਾਲ ਏਅਰਲਾਈਨ ਵਿੱਚ ਲੋਕਾਂ ਦੀਆਂ ਦਿੱਕਤਾਂ ਉਹਨਾਂ ਦੀਆਂ ਟਿਕਟ ਐਕਸਚੇਂਜਿਸ ਉਹਨਾਂ ਦੀਆਂ ਸੀਟ ਅਰੇਂਜਮੈਂਟਸ ਉਹਨਾਂ ਦੇ ਲਗੇਜ ਨੂੰ ਕਰਦਾ ਦੇਖਦੇ ਹਾਂ ਮੈਨੂਫੈਕਚਰਿੰਗ ਵਿੱਚ ਦੇਖਦੇ ਹਾਂ ਕਿ ਛੋਟੀ ਜਿਹੀ ਜੇ ਵੀ ਗਲਤੀ ਹੋ ਜਾਏ ਮਨੁੱਖ ਕੋਲੋਂ ਉਹਦੀ ਉਂਗਲੀ ਕੱਟੀ ਜਾ ਸਕਦੀ ਹੈ ਬਾਂਹ ਕੱਟੀ ਜਾ ਸਕਦੀ ਹੈ ਅਸੀਂ ਕੋਰਟਾਂ ਵਿੱਚ ਦੇਖਦੇ ਹਾਂ ਕਿੰਨੀ ਅਨਡਿਵਾਈਡਿਡ ਅਟੈਨਸ਼ਨ ਦੇ ਨਾਲ ਅਟਰਨੀ ਵਕੀਲ ਆਪਣੇ ਜੱਜਾਂ ਨੂੰ ਆਪਣਾ ਕੇਸ ਸੁਣਾ ਰਹੇ ਹੁੰਦੇ ਹਨ ਯੂਨੀਵਰਸਿਟੀਆਂ ਵਿੱਚ ਦੇਖਦੇ ਹਾਂ ਪ੍ਰੋਫੈਸਰ ਕਿਸ ਤਰੀਕੇ ਦੇ ਨਾਲ ਅਨਡਿਵਾਈਡਿਡ ਅਟੈਨਸ਼ਨ ਦੇ ਨਾਲ ਸਟੂਡੈਂਟ ਨੂੰ ਸਮਝਾ ਰਹੇ ਨੇ ਸਟੂਡੈਂਟ ਕਿਸ ਤਰ੍ਹਾਂ ਲੀਨ ਹੋ ਕੇ ਉਹਦੀ ਇੱਕ ਇੱਕ ਗੱਲ ਨੂੰ ਸੁਣਦੇ ਨੇ ਕਹਿਣ ਤੋਂ ਭਾਵ ਇਹ ਸਮਾਂ ਬਦਲ ਚੁੱਕਿਆ ਉਹ ਸਮਾਂ ਖਤਮ ਹੋ ਗਿਆ ਜਿਹਦੇ ਵਿੱਚ ਤੁਸੀਂ ਚੌਂਕੜੀ ਲਾਈ ਵਾਹਿਗੁਰੂ ਵਾਹਿਗੁਰੂ ਕਰੀ ਗਏ ਉੱਠਦੇ ਬੈਠਦੇ ਵਾਹਿਗੁਰੂ ਵਾਹਿਗੁਰੂ ਕਰੀ ਗਏ ਇਹ ਇੱਕ ਸਮਾਂ ਸੀ ਜਦੋਂ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਂਦੀ ਸੀ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸਾਨੂੰ ਭਗਤ ਜੀ ਦਾ ਸ਼ਬਦ ਵਾਰ ਵਾਰ ਗੁਰਦੁਆਰਿਆਂ ਵਿੱਚ ਸੁਣਨ ਨੂੰ ਮਿਲਦਾ ਸੀ ਕਿ ਚੀਤ ਸੰਡੂਰੀ ਰਾਖੀਏ ਲਈ ਅੱਜ ਸਮਾਂ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਜੇ ਤੁਸੀਂ ਉਹਦੇ ਵੱਲ ਧਿਆਨ ਨਹੀਂ ਦੇ ਰਹੇ ਉਹ ਹੋ ਹੀ ਨਹੀਂ ਸਕਦਾ ਤਰੱਕੀ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਜਿਹੜੀ ਵਿਜ਼ਡਮ ਦੇ ਨਾਲ ਅਸੀਂ ਪੈਦਾ ਹੋਏ ਹਾਂ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਲਾਗੂ ਨਹੀਂ ਹੋ ਰਹੀਆਂ ਸੋ ਉਹਨਾਂ ਚੀਜ਼ਾਂ ਨੂੰ ਉਹਨਾਂ ਚੀਜ਼ਾਂ ਦੀ ਉਹਨਾਂ ਦੀ ਇੰਟਰਪ੍ਰੀਟੇਸ਼ਨ ਵੀ ਅੱਜ ਵੱਖਰੀ ਹੋਣੀ ਚਾਹੀਦੀ ਹੈ ਨਹੀਂ ਤਾਂ ਜਿਹੜੇ ਜਗਿਆਸੂ ਨੇ ਉਹ ਖਿਲਰ ਜਾਣਗੇ ਔਰ ਯੰਗਸਟਰਸ ਆਉਣਗੇ ਨਹੀਂ ਇਸ ਪਾਸੇ ਉਹ ਇਹ ਕਹਿਣਗੇ ਇਹ ਜਿਹੜੀਆਂ ਗੱਲਾਂ ਸਾਨੂੰ ਸੁਣਾਈਆਂ ਜਾ ਰਹੀਆਂ ਅਸੀਂ ਆਪਣੇ ਜੀਵਨ 'ਚ ਅਪਲਾਈ ਨਹੀਂ ਕਰ ਸਕਦੇ ਸੋ ਅਸੀਂ ਸੁਣੀਏ ਹੀ ਕਿਉਂ ਆਪਣਾ ਟਾਈਮ ਹੀ ਕਿਉਂ ਵੇਸਟ ਕਰੀਏ ਔਰ ਇਸੇ ਕਰਕੇ ਗੁਰਦੁਆਰਾ ਮੰਦਰਾਂ 'ਚ ਦੇਖਦੇ ਹਾਂ ਕਿ ਬਜ਼ੁਰਗ ਲੋਕਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ ਯੰਗਸਟਰਸ ਲੁਪਤ ਹੁੰਦੇ ਜਾ ਰਹੇ ਨੇ ਉਹ ਆਉਂਦੇ ਹੀ ਨਹੀਂ ਹੈ ਜੇ ਉਹ ਮਾਂ ਬਾਪ ਦੇ ਕਹਿਣ 'ਤੇ ਕਿਤੇ ਮੱਥਾ ਟੇਕਣ ਆ ਵੀ ਜਾਣ ਅਤੇ ਉਹਨਾਂ ਦਾ ਜਾਂ ਟੈਲੀਫੋਨ ਚੱਲਦਾ ਹੈ ਜਾਂ ਉਹਨਾਂ ਦਾ ਧਿਆਨ ਕਿਤੇ ਹੋਰ ਹੁੰਦਾ ਸੋ ਇੰਟਰਪ੍ਰੀਟੇਸ਼ਨ ਸਾਨੂੰ ਬਦਲਦੀ ਰਹੇਗੀ ਬਦਲਣੀ ਪਏਗੀ ਬੈਠਤ ਹਰ ਹਰ ਸੋਵਤ ਹਰ 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 ਰਸ ਭੋਜਨ ਖਾਤਾ ਅਠਸਠ ਤੀਰਥ ਮੱਜਨ ਕੀਨੋ ਸਾਧੂ ਧੂਰੀ ਨਾਤਾ ਅੱਜ ਅਸੀਂ ਜੋ ਕੰਮ ਉੱਠਦਿਆਂ ਬੈਠਦਿਆਂ ਕਰ ਰਹੇ ਹਾਂ ਉਸੇ ਕੰਮ ਨੂੰ ਹੀ ਜੇ ਵਾਹਿਗੁਰੂ ਨਾ ਸਮਝਿਆ ਤਾਂ ਕੰਮ ਵੀ ਨਹੀਂ ਹੋਣਾ ਅਤੇ ਵਾਹਿਗੁਰੂ ਨੇ ਵੀ ਨਾਰਾਜ਼ ਹੋਣਾ ਹੈ ਸੰਸਾਰ ਵਿੱਚ ਵੀ ਉਸਤਤ ਨਹੀਂ ਮਿਲਣੀ ਸਫਲਤਾ ਨਹੀਂ ਮਿਲਣੀ ਅਤੇ ਅੱਗੇ ਵੀ ਧੱਕੇ ਪੈਣੇ ਸੋ ਅੱਜ ਇੰਟਰਪ੍ਰੀਟੇਸ਼ਨ ਗੁਰਬਾਣੀ ਦੀ ਸਾਨੂੰ ਬਿਲਕੁਲ ਮਾਡਰਨ ਕਰਨੀ ਪਏਗੀ ਸਾਨੂੰ ਇੱਕ ਜਗਿਆਸੂ ਨੂੰ ਇਹ ਕਹਿਣਾ ਪਏਗਾ ਕਿ ਉੱਠਦਿਆਂ ਬੈਠਦਿਆਂ ਤੇਰਾ ਹਰੀ ਹਰੀ ਤੇਰਾ ਕੰਮ ਹੈ ਤੂੰ ਜਿਸ ਕੰਮ ਵੱਲ ਲੱਗਾ ਉਹਨੂੰ ਧਿਆਨ ਦੇ ਨਾਲ ਉਹਨੂੰ ਸਿਫਤ ਸਲਾਹ ਦਾ ਰੂਪ ਬਣਾ ਕੇ ਜੇ ਕਿਸੇ ਗਾਹਕ ਨਾਲ ਗੱਲ ਕਰ ਰਹੇ ਹੈ ਕਸਟਮਰ ਨਾਲ ਗੱਲ ਕਰ ਰਹੇ ਹੈ ਰੱਬ ਦਾ ਰੂਪ ਹੈ ਕਿਸੇ ਇੰਪਲੋਈ ਨਾਲ ਗੱਲ ਕਰ ਰਹੇ ਹੈ ਤਾਂ ਉਹਨੂੰ ਅਨਡਿਵਾਈਡਿਡ ਅਟੈਨਸ਼ਨ ਦੇ ਨਾਲ ਚਿੱਤ ਦੇ ਨਾਲ ਮਨ ਦੇ ਨਾਲ ਜੋ ਕੰਮ ਤੈਨੂੰ ਫੜਾਇਆ ਗਿਆ ਉਹਨੂੰ ਸਫਲ ਕਰ ਇਹੀ ਤੇਰੀ ਇਹੀ ਤੇਰਾ ਸਿਮਰਨ ਹੈ ਇਹੀ ਤੇਰਾ ਬਹਿੰਦਿਆਂ ਸਿਮਰਨ ਹੈ ਇਹੀ ਤੇਰਾ ਸੌਂਦਿਆਂ ਸਿਮਰਨ ਹੈ ਔਰ ਇਸ ਰਚ ਮਿਚ ਕੇ ਕੰਮ ਕਰਨ ਦੇ ਨਾਲ ਹਰ ਰਸ ਭੋਜਨ ਖਾਤਾ ਜਿਹੜੇ ਹਰੇ ਨੇ ਜੋ ਤੈਨੂੰ ਜੀਵਨ ਦਿੱਤਾ ਹੈ ਜਿਸ ਕਰਕੇ ਜੀਵਨ ਦਿੱਤਾ ਤੈਨੂੰ ਉਹਦਾ ਆਨੰਦ ਆਏਗਾ ਅੱਜ ਤੱਕ ਅਸੀਂ ਇਹ ਸੁਣਦੇ ਸੀ ਨਾਮ ਜਪੋਂਗੇ ਤਾਂ ਨਾਮ ਦਾ ਰਸ ਡਿੱਗੇਗਾ ਔਰ ਉਹ ਜਿਹੜਾ ਹੁਲਾਰਾ ਆਉਂਦਾ ਸੀ ਜਦੋਂ ਇਕੱਠੇ ਬਹਿ ਕੇ ਤੁਸੀਂ ਚੈਂਟਿੰਗ ਕਰਦੇ ਹੋ ਉਹ ਟੈਂਪਰੇਰੀ ਹੈ ਇਟ ਹੈਜ਼ ਨਥਿੰਗ ਟੂ ਡੂ ਵਿਦ ਐਵਰ ਲੈਸਟਿੰਗ ਪੀਸ ਔਰ ਹਾਰਮਨੀ ਐਵਰ ਲੈਸਟਿੰਗ ਪੀਸ
and harmony always evolves around your undivided attention towards the task that you are doing, nothing else. Safal janam har jan ka upajya jin kino sot vidhata sagal samuh lai udre nanak puran brahm pachhata. Aaj interpretation hai di eh nahi hai ki asi hari nu labh rahe hain. Aaj asi eh pachhan liya hai ki hari sade nalo jyada syana hai, hari sade nalo jyada responsible hai. Hari nu asi samajh vi nahi sakde, asi ode sifsila ki karni hai. ਅਸੀਂ ਉਹਨੂੰ ਕੀ ਪਛਾਣ ਸਕਦੇ ਹਾਂ ਭਾਈ? ਉਹਦੀ ਪਛਾਣ ਇਹੀ ਹੈ ਕਿ ਜਿਹੜੀ ਉਹਦੀ ਇਹ ਜੰਨਤ ਹੈ ਬਣਾਈ ਹੋਈ, ਅਸੀਂ ਇਹਦੇ ਵਿੱਚ ਇੱਕ ਸੁਥਰੇ ਨਾਗਰਿਕ ਦੀ ਤਰ੍ਹਾਂ ਵਿਚਰ ਸਕੀਏ, ਸਿਰਫ ਇਹੀ ਸਾਡੇ ਕੋਲੋਂ ਐਕਸਪੈਕਟ ਕੀਤਾ ਜਾ ਰਿਹਾ, ਹੋਰ ਕੁਛ ਨਹੀਂ. ਸੋ ਗੁਰੂ ਸਾਹਿਬ ਦਾ ਜਿਹੜਾ ਜੀਵਨ ਹੈ, ਜਦੋਂ ਕਿਸੇ ਦੀ ਲਿਖਤ ਪੜ੍ਹੀਏ ਜਾਂ ਕਿਸੇ ਦਾ ਕਾਵਿਆ ਪੜ੍ਹੀਏ, ਉਹਦਾ ਜੀਵਨ ਦੇਖਣਾ ਚਾਹੀਦਾ ਨਾਲ, ਅਤੇ ਉਹਦੇ ਜੀਵਨ ਦੇ ਅੰਦਰ ਜੋ ਉਹਨੇ ਬੋਲ ਕਹੇ ਨੇ ਉਹ ਉਸਦੀ ਪਰਿਭਾਸ਼ਾ ਵਿਆਖਿਆ ਮਿਲਦੀ ਹੈ ਕਿ ਉਹਦਾ ਮਤਲਬ ਕੀ ਹੈ ਗੱਲ ਕਰਨ ਦਾ. ਜੀ ਗੁਰੂ ਨਾਨਕ ਨੇ ਕਿਹਾ ਕਿ ਰੱਬ ਇੱਕ ਐਸਾ ਮਸਲਾ ਹੈ, ਇੱਕ ਐਸਾ ਇਸ਼ੂ ਹੈ ਜਿਹਦੇ ਵਿੱਚ ਉਲਝ ਕੇ ਅਸੀਂ ਆਪਣਾ ਸਮਾਂ ਨਹੀਂ ਬਰਬਾਦ ਕਰ ਸਕਦੇ, ਕਿਉਂਕਿ ਉਹ ਅਨੰਤ ਹੈ, ਉਹ ਬੇਅੰਤ ਹੈ. ਔਰ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਸਾਨੂੰ ਇਹ ਪ੍ਰਮਾਣ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਕਿਸੇ ਵੀ ਸਿੱਖ ਨੂੰ ਇਸ ਤਰ੍ਹਾਂ ਦੀਆਂ ਧੂਣੀਆਂ ਰਮਾਉਣ ਵਾਸਤੇ, ਇਸ ਤਰ੍ਹਾਂ ਦੇ ਧਿਆਨ ਕਰਨ ਵਾਸਤੇ, ਇਸ ਤਰ੍ਹਾਂ ਦੇ ਸੰਖ ਸੁਣਨ ਵਾਸਤੇ, ਇਸ ਤਰ੍ਹਾਂ ਦੇ ਪ੍ਰਕਾਸ਼ ਵਾਸਤੇ ਨਹੀਂ ਪ੍ਰੇਰਿਆ. ਸਤਿਗੁਰੂ ਨੇ ਕੇਵਲ ਔਰ ਕੇਵਲ ਉੱਚੇ ਸੁੱਚੇ ਜੀਵਨ ਦਾ ਨਾਰਾ ਲਾਇਆ. ਸੋ ਇਹ ਗੁਰਬਾਣੀ ਦੀ ਪਰਿਭਾਸ਼ਾ ਜੋ ਅਸੀਂ ਅੱਜ ਤੱਕ ਸੁਣਦੇ ਰਹੇ ਹਾਂ, ਆਓ ਥੋੜ੍ਹਾ ਥੋੜ੍ਹਾ ਇਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਯੰਗਸਟਰਸ ਨੇ, ਅਸੀਂ ਉਹਨਾਂ ਦਾ ਥੋੜ੍ਹਾ ਸਮਾਂ ਲੈ ਕੇ ਔਰ ਉਹਨਾਂ ਨੂੰ ਗੁਰਦੁਆਰੇ ਵਾਪਸ ਲਿਆ ਸਕੀਏ. ਆਓ ਪਿਆਰ ਨਾਲ ਸ਼ਬਦ ਪੜ੍ਹੀਏ, ਲੇਕਿਨ ਧਿਆਨ ਇਹ ਰਹੇ ਕਿ ਇਹਦੀ ਇੰਟਰਪ੍ਰੀਟੇਸ਼ਨ ਸਾਡੀ ਜਿੰਨੀ ਮਾਡਰਨ ਔਰ ਜਿੰਨੀ ਰੈਲੀਵੈਂਟ ਹੋ ਸਕੇ, ਓਨਾ ਹੀ ਸਾਡੇ ਟਾਈਮ ਦਾ ਬਚਾਅ ਹੋਏਗਾ ਔਰ ਓਨਾ ਹੀ ਅਸੀਂ ਗੁਰਬਾਣੀ ਨੂੰ ਸਮਝ ਸਕਾਂਗੇ. ਸਾਡੀ ਜਿਹੜੀ ਕਨਵੈਨਸ਼ਨਲ ਥੋਟਸ ਹੈਗੀਆਂ, ਅਸੀਂ ਉਹਨਾਂ ਨੂੰ ਹੁਣ ਜਦ ਤੱਕ ਅਸੀਂ ਸਾਈਡ 'ਤੇ ਨਹੀਂ ਰੱਖਦੇ, ਅਸੀਂ ਅੱਗੇ ਨਹੀਂ ਵੱਧ ਸਕਦੇ. ਤੇਰਾ ਜਨ ਰਾਮ ਰਸਾ ਜਨਮ ਹਰ ਜਨ ਕਾ ਉਪਜੀਆ